ਪਹਿਲੀ ਵਾਰੀ ਮੈਂ ਚਮਕੌਰ ਸਾਹਿਬ ਜਦੋਂ ਆਈ ਸੀ ਨਾ ਤੇ ਦੁਰਗਾ ਭਾਈ ਦੇ ਪ੍ਰੋਗਰਾਮ ਤੇ ਆਈ ਸੀ। ਅੱਛਾ ਪਤਾ ਕਿੰਨੇ ਪੈਸੇ ਲਿੱਤੇ ਸੀ? ਮੈਂ ਤੇ ਮੇਰੇ ਡੈਡੀ ਮਰੂਤੀ ਕਾਰ ਚ ਆਈ ਸੀ, 1100 ਰੁਪਇਆ। ਸੱਚੀ ਗੱਲ ਮੈਂ ਕਿਹਾ ਵੇਖੋ ਕਿੰਨੇ ਸਾਲ ਬਾਅਦ ਇਸੇ ਧਰਤੀ ਨੇ ਕਿੰਨੇ ਭਾਗ ਲਾਏ ਨੇ। ਸੋ ਭਾਜੀ ਦਾ ਨਾ ਗਵਈਆ ਕੋਈ ਜੰਮਣਾ ਨਾ ਜੰਮ ਸਕਦਾ। ਮੈਂ ਸ਼ੁਰੂ ਤੋਂ ਇਹਨਾਂ ਦੀ ਮੁਰੀਦ ਹੋਈ ਔਰ ਪੰਜਾਬੀਆਂ ਲਈ ਮਾਣ ਦੀ ਗੱਲ ਹੈ ਕਿ ਇਹੋ ਜਿਹਾ ਗਵਈਆ ਸਾਡੇ ਹੱਕ ਦੇ ਵਿੱਚ ਆਉਂਦਾ। ਇਹ ਸਾਡੀ ਭੈਣ ਆ, ਇਹਨਾਂ ਦੇ ਬੋਲਾਂ ਦੀ ਕੋਈ ਵੀ ਕੀਮਤ ਨਹੀਂ। ਉਦੋਂ ਜਿਸ ਵਕਤ ਇਹ ਵਕਤ ਕਿਸੇ ਦੇ ਪਿਓ ਦਾ ਨਹੀਂ, ਕੀ ਪਤਾ ਕਰੋ ਅੱਜ ਵਕਤ ਇਹਨਾਂ ਦਾ ਤੇ, ਪਰ ਸਾਡਾ ਓਨਾ ਹੀ ਪਿਆਰ ਹੈ ਜਿੰਨਾ ਅੱਜ ਤੋਂ 20 ਸਾਲ ਪਹਿਲਾਂ ਸੀ। ਔਰ ਮੈਂ ਬਹੁਤ ਖੁਸ਼ਕਿਸਮਤ ਸਮਝਦਾ ਕਿ ਅੱਜ ਬਾ ਕਮਾਲ ਸਟੇਜ 'ਤੇ ਸਾਡੀ ਮੁਲਾਕਾਤ ਹੋਈ ਹੈ। ਇਹਨਾਂ ਨੂੰ ਮੈਂ ਸਤਿ ਸ਼੍ਰੀ ਅਕਾਲ ਵੀ ਕਹਿਣਾ, ਆਦਾਬ ਵੀ ਕਹਿਣਾ ਅਤੇ ਭੈਣ ਨੂੰ ਗਲ ਵੱਖਰੀ ਪਾ ਕੇ ਮੇਰਾ ਬਹੁਤ ਨਿੱਘਾ ਪਿਆਰ, ਹਮੇਸ਼ਾ ਸਾਡਾ ਮਾਲਕ ਤੁਹਾਨੂੰ। ਬਹੁਤ ਹੀ ਅੱਛਾ ਸੀ, ਵੈਰੀ ਵੈਲ ਆਰਗੇਨਾਈਜ਼ਡ, ਔਰ ਇੰਨੇ ਸਾਰੇ ਅੱਛੇ ਫਨਕਾਰਾਂ ਨੂੰ ਮਿਲ ਕੇ, ਆਰਟਿਸਟਾਂ ਨੂੰ ਮਿਲ ਕੇ ਬੜਾ ਆਨੰਦ ਆਇਆ। ਸੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਮੇਰੇ ਨਾਲ ਨਾਲ ਮੇਰੇ ਸਫ਼ਰ 'ਚ ਇੱਦਾਂ ਹੀ ਰਹੋਗੇ, ਕਿਉਂਕਿ ਮੇਰਾ ਬੜਾ ਮਨ ਹੈ ਕਿ ਤੁਹਾਨੂੰ ਜ਼ਰੂਰ ਦਿਖਾਈਏ ਕਿ ਕਲਾਕਾਰਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ।